ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਲੋਹੜੀ ਤੇ ਅੱਜ ਅਸੀਂ ਘੁੰਮਾਉਣ ਆਏ ਹੋਏ ਹਾਂ ਘੁੰਮਣ ਵਾਸਤੇ ਤੇ ਆ ਸੰਗਤ ਨਾਲ ਆ ਹੈਪੀ ਲੋਹੜੀ ਹੈਪੀ ਲੋਹੜੀ ਅਸੀਂ ਚੱਲੇ ਹਾਂ ਘੁੰਮਣ ਬਹੁਤ ਮਦਦ ਕਰਦਾ ਵਾ ਸਾਰਿਆਂ ਦੀ ਟਾਂਗਾ ਫੜ ਟਾਂਗਾ ਅਮਨ ਟਾਂਗਾ ਫੜੋ ਕਹਿੰਦੇ ਟਾਂਗਾ ਹੈਪੀ ਲੋਹੜੀ ਸਾਰਿਆਂ ਨੂੰ ਜਲੇਬੀ ਭਾਈ ਇਹ ਘੁਮਾਨ ਸੇਵਾ ਸੁਸਾਇਟੀ ਤੋਂ ਜੀ ਫਰੀ ਸੇਵਾ ਜੀ ਅਤੇ ਆ ਬਾਈ ਜੀ ਦੱਸਣਗੇ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹਾਂ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਇਹ ਕਿੰਨੇ ਚਿਰ ਤੋਂ ਆਪਾਂ ਸੇਵਾ ਕਰ ਰਹੇ ਜੀ ਦੋ ਤਿੰਨ ਸਾਲ ਹੋ ਗਏ ਬਾਈ ਅੱਛਾ ਜੀ ਅਤੇ ਫਰੀ ਸੇਵਾ ਹੁੰਦੀ ਹੈ ਜੀ ਆਪਣੀ ਅਤੇ ਕਿੰਨੇ ਕੁ ਗੇੜੇ ਲੱਗ ਜਾਂਦੇ ਦਿਨ ਦੇ ਜਿੰਨੇ ਮਾਲਕ ਲਵਾ ਦੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਹੁਣ ਜਾ ਰਹੇ ਹਾਂ ਅੱਗੇ ਗੁਰਦੁਆਰਿਆਂ ਚ ਹੁਣ ਨਿੱਕੇ ਲਓ ਜੀ ਵਾਹਿਗੁਰੂ ਜੀ ਆ ਸੰਗਤਾਂ ਮੇਰੇ ਨਾਲ ਨੇ ਬਾਕੀ ਸੰਗਤਾਂ ਪਹੁੰਚ ਗਈਆਂ ਨੇ ਤੇ ਅਸੀਂ ਪੈਦਲ ਹਾਂ ਆ ਚਾਚਾ ਨਾਲ ਆ ਚਾਚਾ ਸੱਪ ਮੈਂ ਗਿਆ ਹੱਪ ਬਹੁਤ ਪੁਰਾਣੇ ਵੇਲੇ ਦੀ ਗੱਲ ਹੈ ਜੀ ਅਸੀਂ ਇੱਥੇ ਜਦੋਂ ਜਾਂਦੇ ਸੀ ਨਾ ਗੁਰਦੁਆਰਾ ਸਾਹਿਬ ਦੇਖਣ ਵਾਸਤੇ ਤੇ ਅਸੀਂ ਬੱਗੀਆਂ ਤੇ ਜਾਂਦੇ ਸੀ ਜਿਵੇਂ ਘੋੜੇ ਲੱਗੇ ਹੁੰਦੇ ਸੀ ਜਿਵੇਂ ਆਹ ਦੇਖੋ ਆ ਰਹੀ ਆ ਖੱਚਰ ਜਾਂ ਘੋੜੇ ਦੇ ਕੋਈ ਬਹੁਤ ਪੁਰਾਣਾ ਵਿਰਸਾ ਹੀ ਆਪਣਾ ਇਹ ਕੋਈ ਹੁਣ ਕਦੇ ਕਦੇ ਕਿਤੇ ਕਿਤੇ ਦੇਖਦਾ ਬਾਈ ਜੀ ਲਓ ਜੀ ਅਸੀਂ ਫਾਈਨਲੀ ਪਹੁੰਚ ਗਏ ਹਾਂ ਪਹਿਲਾ ਗੁਰਦੁਆਰਾ ਸਾਹਿਬ ਖੂਹ ਸਾਹਿਬ ਤੇ ਕਰਾਉਂਦੇ ਹਾਂ ਤੁਹਾਨੂੰ ਦਰਸ਼ਨ ਖੂਹ ਸਾਹਿਬ ਦੇ ਤੇ ਚਲੋ ਆਓ ਕਰੀਏ ਰਮਨ ਲਓ ਜੀ ਕਰੋ ਦਰਸ਼ਨ ਖੂਹ ਸਾਹਿਬ ਦੇ ਆਹ ਦੇਖੋ ਠੀਕ ਹੈ ਜੀ ਇਹ ਇਤਿਹਾਸ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਵਾਹਿਗੁਰੂ ਜੀ ਤੁਸੀਂ ਵੇਖਿਆ ਜੀ ਖੂਹ ਸਾਹਿਬ ਅਤੇ ਉਸਦਾ ਇਤਿਹਾਸ ਪੜਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਲਓ ਜੀ ਲੰਗਰ ਹਾਲ ਸੰਗਤਾਂ ਲੰਗਰ ਪ੍ਰਸ਼ਾਦੇ ਛਕਦੀਆਂ ਹੋਈਆਂ ਆਹ ਦੇਖਿਓ ਪ੍ਰਸ਼ਾਦ ਆ ਜੀ
ਆ ਲਓ ਜੀ ਟੋਸਟ ਛਕੋ ਔਰ ਖਾਲਸਾ ਜੀ ਲਓ ਜੀ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਖੁੰਡੀ ਸਾਹਿਬ ਪੱਟੀਵਾਲ ਕਰੋ ਦਰਸ਼ਨ ਜੀ ਵਾਹਿ ਸੱਚਾ ਪਾਤਸ਼ਾਹ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੁੰਦੀ ਹੋਈ ਧੰਨ ਧੰਨ ਸਤਿਨਾਮ ਸਤਨਾਮ ਮੇਰੇ ਵਾਹਿਗੁਰੂ ਕਰਿਓ ਸਤਨਾਮ ਸ਼੍ਰੀ ਭਾਈ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਲਓ ਜੀ ਇਤਿਹਾਸ ਪੜ੍ਹੋ ਸਾਡੇ ਵੀਰ ਜੀ ਦੋਸਤ ਬੰਦਾ ਦਰਸ਼ਕ ਵਾਸਤੇ ਜੀ